ਕਿਹਾ ਸੀ। इतना सामान लिया, इसके सारे बैग में डाल लिए, ये लिए। गाइस ये देखिए कैसे खा रहा है, खाना नहीं आता। मारी मम्मा का।
जिसने जिसने खाना है आ जाए इधर। पहले हमने समोसे खाते हैं, हम स्वाद मत आ रहे हैं, हम भी खाना। गर्मी मार रही है, उधर जाके खा लेना। ਸਵਾਰ ਮੈਂ ਖਾ ਰਿਹਾ ਖੁਦਾ ਪ੍ਰਿਆ ਹੀ ਕਰਨ ਲਈ ਜਗੂਟਾ ਜਾਂਦਾ ਨੀਚੇ ਬੈਠ ਬਦਤਮੀਜ਼ ਜੀ ਜੇ ਕਿਸੇ ਨੇ ਖਾਣਾ ਵਾ ਨਾ ਤਾਂ ਮੇਰੇ ਕੋਲ ਨਾ ਆਇਓ ਮੁੱਟਾ ਜੀ ਪੜ੍ਹ ਲਓ ਪਹਿਲਾਂ ਪ੍ਰਿਆ ਨੇ ਖਾਧੇ ਨੇ ਸਮੋਸੇ ਅੱਧਾ ਜ਼ਾਨ ਨੇ ਵੀ ਖਾਧੇ ਨੇ ਆਹ ਮੈਂ ਮੇਰੇ ਘਰ ਜਾ ਕੇ ਹੋਰ ਚੀਜ਼ਾਂ ਵੀ ਸਮੋਸੇ ਖਾਣੇ ਆ ਇਸਕੀ ਮੰਮਾ ਨੇ ਖਾਇਆ ਹੈ ਸ਼ਵਾਰਮਾ ਔਰ ਫਜ਼ਾਨ ਸਾਹਿਬ ਨੇ ਵੀ ਕਹਾ ਮੁਝੇ ਵੀ ਸ਼ਵਾਰਮਾ ਲਾ ਦੋ ਇਸਨੇ ਸਮੋਸੇ ਵੀ ਖਾਏ ਲਓ ਜੀ ਬਾਜ਼ਾਰੋਂ ਅਸੀਂ ਆ ਗਏ ਹਾਂ ਜਿਹੜੀ ਸ਼ੋਪਿੰਗ ਕਰਕੇ ਲਿਆਏ ਹਾਂ ਉਹ ਤੁਹਾਨੂੰ ਦਿਖਾਉਂਦੇ ਹਾਂ ਠੀਕ ਹੈ ਬੱਚੇ ਚਲੇ ਗਏ ਨੇ ਮਹਿਮਾਨ ਆਏ ਸੀ ਉਹਨਾਂ ਦੇ ਨਾਲ ਸੈਰ ਸੂਰ ਕਰਨ ਅਤੇ ਤੁਹਾਨੂੰ ਮੈਂ ਦਿਖਾਉਂਦਾ ਵਾਂ ਕੀ ਲੈ ਕੇ ਆਏ ਆ ਬੱਚਿਆਂ ਨੇ ਅੱਜ ਕਿੰਨਾ ਖਰਚਾ ਕਰਾਇਆ ਲਓ ਜੀ ਫਜ਼ਾਨ ਸਾਹਿਬ ਆ ਬੈਗ ਲੈ ਕੇ ਆਏ ਨੇ ਛੋਟਾ ਇਹ ਜਿਹੜਾ ਬੰਦਾ ਜਦੋਂ ਕਿਤੇ ਜਾਂਦਾ ਵਾ ਅਤੇ ਗਲੇ ਵਿੱਚ ਡਾਲ ਲੈਂਦਾ ਵਾ ਇਹ ਫਜ਼ਾਨ ਸਾਹਿਬ ਨੇ ਉਹ ਬੈਗ ਲਿਆਂਦਾ ਵਾ ਠੀਕ ਆ ਗਲੇ 'ਚ ਡਾਲ ਕੇ ਬਾਜ਼ੂ ਦੇ ਵਿੱਚ ਜਿਹੜਾ ਪੇਟ 'ਤੇ ਲੋਕਾਂ ਨੇ ਲਮਕਾਇਆ ਹੁੰਦਾ ਵਾ ਉਹ ਵਾਲਾ ਬੈਗ ਆ ਜੀ ਠੀਕ ਹੈ ਇੱਕ ਬੈਗ ਅਸੀਂ ਇਹ ਸ਼ੋਪਿੰਗ ਕਰਕੇ ਲਿਆਂਦਾ ਜੀ ਇੱਕ ਬੈਗ ਹੈ ਵਾ ਜੀ ਇਹ ਦੇਖੋ ਜੀ ਇੱਕ ਬੈਗ ਹੈ ਵਾ ਇਹ ਤੁਹਾਨੂੰ ਮੈਂ ਖੋਲ੍ਹ ਕੇ ਚੈੱਕ ਕਰਾਉਂਦਾ ਵਾਂ ਇਹ ਲਿਆਂਦਾ ਵਾ ਘਰ ਦੇ ਇਸਤੇਮਾਲ ਲਈ ਠੀਕ ਹੈ ਬੰਦਾ ਕਿਤੇ ਜਾਂਦਾ ਵਾ ਕੋਈ ਇਹਦੇ ਵਿੱਚ ਜਿਹੜੀ ਹੈ ਨਾ ਚੀਜ਼ ਚੂਜ਼ ਲਾ ਲੈਂਦੇ ਬੱਚੇ ਜਾਂ ਠੀਕ ਹੈ ਇਹ ਸਿਆਹੀ ਇਹਨਾਂ ਨੇ ਇਹਦੇ ਵਿੱਚ ਡਾਲੀ ਸੀ ਇਹ ਬੈਗ ਆ ਦੇਖੋ ਮਾਸ਼ਾਅੱਲਾ ਕਮੈਂਟ 'ਚ ਦੱਸਣਾ ਕੈਸਾ ਵਾ ਇੱਕ ਇਹ ਬੈਗ ਲੈ ਕੇ ਆਏ ਫਜ਼ਾਨ ਸਾਹਿਬ ਸਕੂਲ ਬੈਗ ਆ ਮਾਸ਼ਾਅੱਲਾ ਜੀ ਪਾਸ ਹੋਏ ਸੀਗੇ ਕਹਿੰਦੇ ਜੀ ਸਾਨੂੰ ਬੈਗ ਨਵਾਂ ਚਾਹੀਦਾ ਵਾ ਠੀਕ ਹੈ ਇਹ ਬੈਗ ਨਵਾਂ ਲੈ ਕੇ ਆਏ ਨੇ ਫਜ਼ਾਨ ਸਾਹਿਬ ਇਹਦੀ ਇੱਕ ਇਹ ਜ਼ਿਪ ਆ ਇੱਕ ਇਹ ਪੋਕਟ ਆ ਠੀਕ ਹੈ ਨਾ ਇਹਦੇ ਵਿੱਚੋਂ ਸਮਾਨ ਤੁਹਾਨੂੰ ਕੱਢ ਕੇ ਦਿਖਾਉਂਦੇ ਕੀ ਆ ਇਹ ਸ਼ਰਟਾਂ ਨੇ ਇਹ ਵੀ ਤੁਹਾਨੂੰ ਦਿਖਾਉਂਦਾ ਮੈਂ ਠੀਕ ਆ ਇਹ ਰਜਿਸਟਰ ਵਗੈਰਾ ਨੇ ਇਹਨਾਂ ਦੀਆਂ ਪੈਨਸਲਾਂ ਵਗੈਰਾ ਨੇ ਇਹ ਜਿਹੜਾ ਵਾ ਇਹ ਤਾਂ ਫਰੀਆ ਦਾ ਵਿੱਚ ਬੈਗ ਹੈ ਇਹ ਫਜ਼ਾਨ ਸਾਹਿਬ ਦਾ ਬੈਗ ਆ ਸਕੂਲ ਬੈਗ ਆ ਇਹ ਫਜ਼ਾਨ ਦਾ ਬੈਗ ਹੋ ਗਿਆ ਠੀਕ ਹੈ
ਇਹ ਤਿੰਨ ਚੀਜ਼ਾਂ ਤੁਹਾਨੂੰ ਦਿਖਾਤੀਆਂ ਨੇ। ਇਹ ਜੀ ਮਾਸ਼ਾਅੱਲਾ ਮੇਰੀ ਬੇਟੀ ਦਾ ਫਰੀਆ ਦਾ ਬੈਗ ਹੈ, ਸਕੂਲ ਬੈਗ ਜੀ। ਇਹਦੀ ਵੀ ਮਾਸ਼ਾਅੱਲਾ ਇੱਕ ਹੈ ਜ਼ਿੱਪ, ਠੀਕ ਹੈ ਜੀ। ਦੇਖੋ ਇੱਕ ਇਹਦੀ ਹੈ ਜ਼ਿੱਪ, ਖੋਲੀਆਂ ਨੇ ਫਰਾਈਆਂ ਨੇ ਸਾਰੀ, ਠੀਕ ਹੈ। ਇੱਕ ਫਰੀ ਇਹਦੀ ਹੈ ਜ਼ਿੱਪ, ਇੱਕ ਹੈ ਵੱਡੀ ਬੁੱਕਸ ਲਈ ਜ਼ਿੱਪ, ਇਹ ਪਿੱਛੇ ਕਾਪੀਆਂ ਕਿਤਾਬਾਂ ਤੁਸੀਂ ਲੈਦਾ ਵੀ ਪਾ ਸਕਦੇ ਹੋ ਸਮਾਨ, ਠੀਕ ਹੈ। ਇਹ ਬੈਗ ਹੈ ਜੀ ਮਾਸ਼ਾਅੱਲਾ ਫਰੰਟ, ਇਹ ਇਹਦੀ ਬੈਕ ਸਾਈਡ, ਇਹ ਸਕੂਲ ਬੈਗ ਹੈ ਜੀ ਫਰੀ ਦਾ। ਹੁਣ ਤੁਹਾਨੂੰ ਮੈਂ ਦੱਸਣਾ ਜੀ, ਇਹ ਦੋ ਸ਼ਰਟਾਂ ਲੈ ਕੇ ਆਏ ਹਾਂ ਜੀ। ਇਹ ਹੈਗੀਆਂ ਨੇ ਮੇਰੀਆਂ, ਤੁਹਾਨੂੰ ਦੋ ਸ਼ਰਟਾਂ ਨੇ ਜੀ, ਇਹ ਦੋ ਰਜਿਸਟਰ ਲੈ ਕੇ ਆਏ ਨੇ ਜੀ, ਇੱਕ ਫਰੀਆ ਦਾ ਇੱਕ ਫਜ਼ਾਨ। ਫਰੀਆ ਦਾ ਜਿਹੜਾ ਇਹ ਫਜ਼ਾਨ ਦਾ ਦੋ ਰਜਿਸਟਰ ਨੇ, ਦੇਖੋ ਐਡਮਿਸ਼ਨ ਜਾਣ ਜੂਣ ਲਈ। ਇਹ ਜੀ ਫਰੀਆ ਦਾ ਸਕੇਲ ਹੈਗਾ ਸੀਗਾ, ਇਹ ਫਜ਼ਾਨ ਸਾਹਿਬ ਸਕੇਲ ਲੈ ਕੇ ਆਏ ਨੇ ਆਪਣਾ। ਫਜ਼ਾਨ ਸਾਹਿਬ ਦਾ ਸਕੇਲ ਹੈ ਫਰੀ ਆ, ਪੂਰਾ ਕਲਰ ਬੋਕਸ ਲੈ ਕੇ ਆਈਏ ਆਪਾਂ, ਠੀਕ ਹੈ। ਪੂਰਾ ਬੋਕਸ ਵਿੱਚ 24 ਕਲਰ ਨੇ, ਦੇਖੋ ਇਹ ਹੈ ਜੀ। ਇਹਦੇ ਵਿੱਚ ਪੈਨਸਲ ਨੇ, ਕੱਚੀ ਪੈਨਸਲ ਇਹ ਵਾਲੀ, ਠੀਕ ਆ। ਪੂਰਾ ਬੋਕਸ ਹੀ ਲੈ ਕੇ ਆਏ ਨੇ। ਹੋਰ ਜੀ ਇਹਦੇ ਵਿੱਚ ਕੀ ਹੈ ਜੀ, ਇਹ ਰੇਜ਼ਰ ਨੇ, ਰੇਜ਼ਰਾਂ ਦਾ ਪੂਰਾ ਹੀ ਲਾਈਨ ਨੇ, 1 2 3 4 5 6 7 8 9 10 11 12, ਇਹ ਵੀ ਰੇਜ਼ਰ। ਇਹ ਰਿਮੂਵਰ ਲੈ ਕੇ ਆਏ ਨੇ, ਇੱਕ ਫਜ਼ਾਨ ਦਾ ਵਾ ਇੱਕ ਫਰੀਆ ਦਾ, ਠੀਕ ਹੈ। ਵਾਈਟਨਰ ਲੈ ਕੇ ਆਏ ਨੇ, ਇਹ ਵੀ ਇੱਕ ਫਜ਼ਾਨ ਦਾ ਇੱਕ ਫਰੀਆ ਦਾ। ਇਹ ਪੁਆਇੰਟਰ ਨੇ, ਠੀਕ ਹੈ, ਇੱਕ ਫਜ਼ਾਨ ਦਾ ਵੀ ਇੱਕ ਫਰੀਆ ਦਾ। ਇੱਕ ਹੋਰ ਪੁਆਇੰਟਰ ਆ, ਇਹ ਫਰੀਆ ਦਾ ਵਾ। ਇਹ ਪੈਨ ਨੇ, ਇੱਕ ਫਰੀਆ ਦਾ ਇੱਕ ਫਜ਼ਾਨ ਦਾ, ਦੋਨਾਂ ਨੇ ਲੈਦਾ ਲੈਦਾ ਪੈਨ ਆਪਣਾ ਆਪਣਾ ਉਹਨਾਂ ਨੇ ਲਿਆ ਜੀ। ਇਹ ਇੱਕ ਰੈੱਡ ਪੋਲ ਪੈਂਟ, ਇਹ ਫਰੀ ਉਹਨਾਂ ਲਈ ਆਪਣੇ ਲਈ। ਇਹ ਇੱਕ ਗਮ, ਅਗਰ ਕਾਪੀ ਦਾ ਕੋਈ ਪੇਜ ਪੂਜ ਉੱਖਰ ਜਾਵੇ ਉਹ ਜੋੜਨ ਲਈ ਉਹਨਾਂ ਨੇ ਲਈ ਹੈ ਗਲੂ ਸਟਿੱਕ, ਠੀਕ ਹੈ। ਫਸਟ ਸਟੈਕ
ਗਲੂ ਸਟਿਕ, ਠੀਕ ਹੈ। ਅਤੇ ਇਹ ਦਰਜਨ ਸ਼ਾਰਪਨਰਾਂ ਵੀ ਹੈ, ਇਹ ਲੈ ਕੇ ਆਏ ਨੇ ਇਹ ਬੱਚੇ। ਇਹ ਮਾਸ਼ਾ ਅੱਲਾ ਸਮਾਨ ਸਾਰਾ ਲੈ ਕੇ ਆਏ ਆ ਜੀ ਅੱਜ ਸ਼ੋਪਿੰਗ ਕਰਕੇ। ਹੁਣ ਤੁਸੀਂ ਸਭ ਦੋਸਤਾਂ ਨੇ ਇਹ ਦੱਸਣਾ ਕਿ ਸਾਡੀ ਅੱਜ ਦੀ ਸ਼ੋਪਿੰਗ ਤੁਹਾਨੂੰ ਕੈਸੀ ਲੱਗੀ ਅਤੇ ਅੱਜ ਦਾ ਵਲੋਗ ਕੰਪਲੀਟ ਤੁਹਾਨੂੰ ਕੈਸਾ ਲੱਗਾ। ਅਗਰ ਅੱਛਾ ਲੱਗਾ ਹੋਵੇ ਲਾਈਕ ਕਰੋ, ਸਬਸਕ੍ਰਾਈਬ ਕਰੋ, ਕਮੈਂਟ ਕਰੋ, ਅੱਗੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ। ਓਕੇ, ਅੱਲਾਹ ਹਾਫਿਜ਼।